ਭੈਣ ਜੀ ਅੱਗੇ ਆਓ ਮੈਂ ਨਾ ਖੁਸ਼ੀ ਸਮਝ ਨਹੀਂ ਜਾ ਰਹੀ ਇੰਨੀ ਖੁਸ਼ੀ ਅੱਜ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਜਿੰਨਾ ਵੀ ਹੋਵੇ ਸਾਡੀ ਤਾਂ ਉਮਰ 2-4 ਸਾਲ ਵੱਧ ਗਈ ਹੋਰ ਅਸੀਂ ਤਾਂ ਜੀਤਾਂਗੇ ਅਤੇ ਇੱਕ ਹੋਰ ਦੋ ਦੇਖੋ ਜੀ ਬੜੀ ਮਨ ਨੂੰ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ ਗੋਲਡ ਮੈਡਲ ਦੇ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤਾਂ ਨਹੀਂ ਪੂਰਾ ਹੋ ਸਕਿਆ ਪਰ ਆਹ ਸਾਡੇ ਵਾਸਤੇ ਗੋਲਡ ਮੈਡਲ ਵੀ ਹੈਗਾ ਪਰਮਾਤਮਾ ਨੇ ਸਾਡੇ ਝੋਲੀ ਜਿਹੜੀ ਹੈ ਖਾਲੀ ਨਹੀਂ ਭੱਲੀ ਬੱਚਿਆਂ ਦੀ ਭਰ ਕੇ ਘੱਲੀ ਹੈਗੀ ਅਸੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚਲੋ ਬੱਚਿਆਂ ਨੂੰ ਬੜਾ ਹਾਰਡ ਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਅਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮਨ ਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣ ਡਏ ਆ ਕੋਚ ਭੰਗੜੇ ਪਾਉਣ ਡਏ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣ ਡਏ ਆ ਬੜੀ ਖੁਸ਼ੀ ਦੇਖੋ ਸਵਾਗਤ ਅਸੀਂ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਇਕੱਲਿਆਂ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੈਗਾ ਇੱਥੇ ਉਹਨਾਂ ਦਾ ਦਿੱਲੀ ਵੀ ਸਵਾਗਤ ਹੋਊਗਾ ਏਅਰਪੋਰਟ 'ਤੇ ਹੋਊਗਾ ਅਤੇ ਇੱਥੇ ਘਰੇ ਆ ਕੇ ਪੂਰਾ ਕਰਾਂਗੇ ਭੈਣ ਭਰਾ ਪੂਰੇ ਰਿਸ਼ਤੇਦਾਰ ਸਾਰੇ ਇਸ ਘਰ ਆਉਣਗੇ ਸਾਰਾ ਪੂਰਾ ਸਵਾਗਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਪੂਰੇ ਪਰਿਵਾਰ ਨੂੰ ਪੂਰੇ ਨਗਰ ਵਾਸੀਆਂ ਨੂੰ ਬਹੁਤ ਵਧੀਆ ਬੱਚਿਆਂ ਨੇ ਕੀਤਾ ਵਾ ਬੱਚੇ ਇੰਨੀ ਦੇਰ ਪੈਰਿਸ ਰਹੇ ਆ ਜੀ ਹੁਣ ਜਦੋਂ ਵਾਪਸ ਆਉਣਾ ਵਾ ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਬਣਾ ਕੇ ਖਵਾਓਗੇ ਕਿਹੜੀ ਉਹਦੀ ਫੇਵਰੇਟ ਸਬਜ਼ੀ ਹੈ ਫੇਵਰੇਟ ਸਬਜ਼ੀ ਦੀ ਕਰੇਲੇ ਭਿੰਡੀ ਬਸ ਇਹੋ ਹੀ ਆ ਸਵਾਗਤ ਕਿਵੇਂ ਕਰੋਗੇ ਸਵਾਗਤ ਬਹੁਤ ਵਧੀਆ ਕਰਾਂਗੇ ਜਿਸ ਤਰ੍ਹਾਂ ਅੱਗੇ ਕਰੀਦਾ ਉਸੇ ਤਰ੍ਹਾਂ ਹੀ ਉਸ ਤੋਂ ਵੀ ਵਧੀਆ ਕਰਾਂਗੇ